ਦੋਸਤੋ, ਆਹ ਜਿਹੜੀ ਤੁਸੀਂ ਪਾਸਬੁੱਕ ਦੇਖ ਰਹੇ ਹੋ, ਇਹ 1980 ਤੋਂ ਪਹਿਲਾਂ ਦੀ ਪਾਸਬੁੱਕ ਹੈ ਅਤੇ ਇਹ ਮਾਲ ਵਿਭਾਗ ਦੀ ਪਾਸਬੁੱਕ ਹੈ। ਦੋਸਤੋ, ਪਹਿਲਾਂ ਪੰਜਾਬ ਦੇ ਵਿੱਚ ਜਾਂ ਹੋਰ ਸੂਬਿਆਂ ਦੇ ਵਿੱਚ ਵੀ ਸ਼ਾਇਦ ਹੁੰਦਾ ਹੋਊਗਾ, ਅਤੇ ਜ਼ਮੀਨ ਦਾ ਰਿਕਾਰਡ ਰੱਖਣ ਲਈ ਜਿਹੜੀ ਹੈ ਇਹ ਪਾਸਬੁੱਕ ਤਿਆਰ ਕੀਤੀ ਜਾਂਦੀ ਸੀ। ਜਿਵੇਂ ਬੈਂਕ ਦੀ ਆਪਣੀ ਪਾਸਬੁੱਕ ਹੁੰਦੀ ਆ, ਉਵੇਂ ਹੀ ਕਿਸਾਨ ਵੀਰਾਂ ਨੂੰ, ਕਿਸਾਨਾਂ ਨੂੰ ਜਿਹੜੀ ਇਹ ਪਾਸਬੁੱਕ ਦਿੱਤੀ ਜਾਂਦੀ ਸੀ। 1980 ਦੀ ਇਹ ਪਾਸਬੁੱਕ ਹੈਗੀ, ਇਹ ਗੱਲ ਆਪਾਂ ਉਸ ਤੋਂ ਪਹਿਲਾਂ ਵੀ ਜਿਹੜੀ ਇਹੀ ਸਿਸਟਮ ਚੱਲਦਾ ਹੋਊਗਾ। ਅਤੇ ਇਹ ਪਾਸਬੁੱਕ ਬਣਾਉਣੀ ਬਈ ਹਰ ਕੋਈ ਇਹ ਪਾਸਬੁੱਕ ਨਹੀਂ ਬਣਾਉਂਦਾ ਸੀ, ਕਿਉਂਕਿ ਇਹਦੀ ਫੀਸ ਹੁੰਦੀ ਸੀਗੀ। ਜਿਵੇਂ ਹੁਣ ਤਾਂ ਆਪਾਂ ਲਾ ਲਈਏ ਕਿ ਸਾਰਾ ਰਿਕਾਰਡ ਆ ਜਿਹੜਾ ਉਹ ਔਨਲਾਈਨ ਪਿਆ, ਜਦੋਂ ਵੀ ਆਪਾਂ ਨੂੰ ਆਪਣੇ ਰਿਕਾਰਡ ਕਢਾਉਣ ਦੀ ਜ਼ਰੂਰਤ ਆ ਤਾਂ ਆਪਾਂ ਜਾ ਕੇ ਰਿਕਾਰਡ ਕਢਾ ਲਾਂਗੇ। ਬਟ ਉਦੋਂ ਇਸ ਦੀ ਫੀਸ ਹੁੰਦੀ ਸੀ, ਇਸ ਪਾਸਬੁੱਕ ਰੱਖਣ ਲਈ ਜਿਹੜੀਆਂ ਸ਼ਰਤਾਂ ਹੁੰਦੀਆਂ ਸੀ ਕੁਛ ਕੁ, ਸੋ ਆ ਸ਼ਰਤਾਂ ਨੇ ਉਹ ਜੀ ਇਸ ਪਾਸਬੁੱਕ ਰੱਖਣ ਲਈ ਵੀ ਜਿਹੜੀ ਫੀਸ ਹੁੰਦੀ ਸੀ 6 ਰੁਪਏ ਫੀਸ ਹੁੰਦੀ ਸੀ ਇਹਦੀ। ਉਸ ਤੋਂ ਪਹਿਲਾਂ ਘੱਟ ਹੁੰਦੀ ਸੀ ਇਹ ਬੁੱਕ ਪਾਸਬੁੱਕ ਜਿਹੜੀ 1980 ਦੀ ਬਣੀ ਹੋਈ ਹੈਗੀ, ਤਾਂ ਉਦੋਂ ਇਹਦੀ 6 ਰੁਪਏ ਫੀਸ ਹੁੰਦੀ ਸੀਗੀ। ਬਟ ਜੇ ਗੁੰਮ ਹੋ ਜੇ ਤਾਂ ਇਹਦੀ ਨਕਲ ਪ੍ਰਾਪਤ ਕਰਨ ਲਈ 12 ਰੁਪਏ ਫੀਸ ਹੈ ਜਿਹੜੀ ਉਹ ਦੇਣੀ ਪੈਂਦੀ ਸੀਗੀ। ਸੋ ਉਸ ਤੋਂ ਪਹਿਲਾਂ ਇਹ 3 ਰੁਪਏ ਵੀ ਫੀਸ ਹੁੰਦੀ ਸੀ 1970 ਦੇ ਦਹਾਕੇ ਦੇ ਵਿੱਚ, ਅਤੇ 3 ਰੁਪਏ ਫੀਸ ਹੁੰਦੀ ਸੀ। ਬਟ ਇਹ 1980 ਦੀ ਹੈ, ਸੋ 6 ਰੁਪਏ ਇਹਦੀ ਫੀਸ ਹੁੰਦੀ ਸੀ। ਅਤੇ ਇਹਦੇ ਵਿੱਚ ਹੋਰ ਵੀ, ਇਹਦੇ ਵਿੱਚ ਸਾਰਾ ਜ਼ਮੀਨ ਦਾ ਰਿਕਾਰਡ ਰੱਖਿਆ ਜਾਂਦਾ ਸੀਗਾ, ਬੰਦੇ ਨੂੰ ਦਿੱਤਾ ਜਾਂਦਾ ਸੀਗਾ, ਜਿਵੇਂ ਅੱਜ ਕੱਲ੍ਹ ਆਪਾਂ ਫਰਦ ਲੈ ਕੇ ਆਉਂਦੇ ਹਾਂ, ਸੋ ਉਦੋਂ ਇਹ ਦਿੱਤੀ ਜਾਂਦੀ ਸੀ। ਅਤੇ ਇਹ ਨਾਲ ਦੀ ਨਾਲ ਸਮੇਂ 'ਤੇ ਸਮੇਂ ਅਪਡੇਟ ਵੀ ਜਿਹੜੀ ਕਰਵਾਉਣੀ ਪੈਂਦੀ ਸੀਗੀ। ਜਿਵੇਂ ਮਾਮਲਾ ਭਰਦੇ ਹੁੰਦੇ ਸੀਗੇ, ਪਹਿਲਾਂ ਨਹਿਰੀ ਮਾਮਲਾ ਭਰਿਆ ਜਾਂਦਾ ਜਾਂ ਹੋਰ, ਤਾਂ ਉਦੋਂ ਇਹ ਪਾਸਬੁੱਕ ਲਾਜ਼ਮੀ ਹੁੰਦੀ ਸੀ ਨਾਲ ਲੈ ਕੇ ਜਾਣੀ। ਸੋ ਇਹਦੀਆਂ ਜਿਹੜੀਆਂ ਸ਼ਰਤਾਂ ਨੇ ਉਹ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਕਿ ਇਹ ਪਾਸਬੁੱਕ ਕੀਮਤੀ ਦਸਤਾਵੇਜ਼ ਹੈ, ਇਸ ਨੂੰ ਸੰਭਾਲ ਕੇ ਰੱਖਿਆ ਜਾਵੇ। ਅਤੇ ਪਾਸਬੁੱਕ ਰੱਖਣ ਸੰਬੰਧੀ ਜਿਹੜਾ ਪੰਜਾਬ ਲੈਂਡ ਰਵੈਨਿਊ ਐਕਟ 1887 ਹੈ, ਉਸ ਦੇ ਮੁਤਾਬਕ ਜਿਹੜੀ ਇਸ ਨੂੰ ਜਿਹੜੀ ਰੱਖਣ ਦੀ ਉਹ ਮਨਜ਼ੂਰੀ ਦਿੱਤੀ ਗਈ ਹੈਗੀ। ਅਤੇ ਪਾਸਬੁੱਕ ਪ੍ਰਾਪਤ ਕਰਨ ਲਈ 6 ਰੁਪਏ, ਅਤੇ ਅਗਰ ਪਾਸਬੁੱਕ ਗੁੰਮ ਹੋ ਜਾਂਦੀ ਹੈ ਤਾਂ ਉਸ ਦੀ ਸੂਰਤ ਵਿੱਚ ਕਹਿੰਦਾ ਇਸ ਨੂੰ ਵਾਪਸ ਨਕਲ ਪ੍ਰਾਪਤ ਕਰਨ ਲਈ 12 ਰੁਪਏ ਜਿਹੜਾ ਉਹ ਦੇਣੇ ਹੋਣਗੇ। ਸੋ ਕਿਸੇ ਵੀ ਬੈਂਕ ਤੋਂ ਕਰਜ਼ਾ ਲੈਣ ਲਈ ਜਾਂ ਕਿਸੇ ਵੀ ਹੋਰ ਜ਼ਮੀਨ ਦੀ ਅਦਲਾ ਬਦਲੀ ਲਈ, ਹੋਰ ਕਿਸੇ ਵੀ ਕੰਮ ਲਈ ਇਹ ਪਾਸਬੁੱਕ ਬੈਂਕ ਅਧਿਕਾਰੀ ਜਾਂ ਫਿਰ ਪੰਜਾਬ ਲੈਂਡ ਰੈਵੇਨਿਊ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਕੋਲ, ਪਟਵਾਰੀ ਨੂੰ ਉਹ ਕੋਲ ਲੈ ਕੇ ਆਉਣੀ ਜ਼ਰੂਰੀ ਹੈ। ਅਤੇ ਇਸ 'ਤੇ ਹਰ 5 ਸਾਲ ਬਾਅਦ ਜਿਹੜੀ ਉਹ ਅਪਡੇਟ ਕਰਵਾਉਣੀ ਜ਼ਰੂਰੀ ਹੈ ਪਟਵਾਰੀ ਨੂੰ ਕੋਲ, ਅਤੇ ਉਸਦੀ ਫੀਸ ਵੀ ਜਿਹੜੀ ਲੱਗਦੀ ਸੀ 3 ਰੁਪਏ। ਸੋ ਇਹ ਸੀਗਾ ਉਸ ਸਮੇਂ ਜਿਹੜੀ ਇਹ ਪਾਸਬੁੱਕ ਰੱਖਣ ਦੀਆਂ ਜਿਹੜੀਆਂ ਸ਼ਰਤਾਂ ਸੀਗੀਆਂ। ਅਤੇ ਇਹ ਪਾਸਬੁੱਕ ਇਹ ਕੋਈ ਕੋਈ ਬਣਵਾਉਂਦਾ ਸੀਗਾ, ਹਰ ਕੋਈ ਨਹੀਂ ਬਣਵਾਉਂਦਾ ਸੀ, ਕਿਉਂਕਿ ਉਹਨਾਂ ਟਾਈਮਾਂ ਵਿੱਚ 5-6 ਰੁਪਏ ਵੀ ਬਹੁਤ ਵੱਡੀ ਜਿਹੜੀ ਕੀਮਤ ਹੁੰਦੀ ਸੀ। ਜਿਹੜਾ ਕੋਈ ਵਧੀਆ ਜ਼ਮੀਨਦਾਰ ਹੁੰਦਾ ਸੀ, ਜਿਹਦੇ ਕੋਲ ਵਧੀਆ ਜ਼ਮੀਨ ਹੁੰਦੀ ਸੀ, ਉਹ ਆਪਣੀ ਇਹ ਪਾਸਬੁੱਕ ਜਿਹੜੀ ਬਣਾ ਕੇ ਰੱਖਦੇ ਸੀਗੇ। ਸੋ ਉਹ 1980 ਦੀ ਇਹ ਬਣੀ ਹੋਈ ਪਾਸਬੁੱਕ ਹੈ ਜੀ। ਇਸ ਤੋਂ ਪਹਿਲਾਂ ਵੀ ਜਿਹੜੀਆਂ ਪਾਸਬੁੱਕਾਂ ਬਣਦੀਆਂ ਸੀ, ਸੋ 1999 ਤੱਕ, ਆਹ ਦੇਖੋ 1999 ਜਿਹੜੀ ਡੇਟ ਲਿਖੀ ਹੋਈ ਹੈ, 1999 ਤੱਕ ਵੀ ਇਹ ਚੱਲਦੀਆਂ ਰਹੀਆਂ ਨੇ ਪਾਸਬੁੱਕਾਂ। ਸੋ ਦੋਸਤੋ, ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ, ਹੋਰ ਦੋਸਤਾਂ ਤੱਕ ਇਹ ਜਾਣਕਾਰੀ ਪਹੁੰਚੇ। ਅਤੇ ਹੋਰ ਅਜਿਹੀਆਂ ਵੀਡੀਓਜ਼ ਦੇਖਣ ਲਈ ਪੇਜ ਨੂੰ ਜ਼ਰੂਰ ਫੋਲੋ ਕਰਿਓ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ।